ਹਾਂਜੀ ਬਈ, ਅਤੇ ਅੱਜ ਆ ਐਤਵਾਰ ਅਤੇ ਆਪਾਂ ਆਏ ਹਾਂ ਬਰਲਿੰਗਟਨ। ਬਰਲਿੰਗਟਨ ਯਾਨੀ ਬਰਲਿੰਗਟਨ ਬੀਚ 'ਤੇ, ਅਤੇ ਇੱਥੇ ਬੜਾ ਵਧੀਆ ਵਿਊ ਆ, ਦਿਖਾਉਂਦੇ ਹਾਂ ਤੁਹਾਨੂੰ ਸਾਰਿਆਂ ਨੂੰ। ਆ ਦੇਖੋ, ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਹਾਂ, ਨਾਲ ਆਪਣੇ ਦੋ ਸਾਥੀ ਹੋਰ ਆ, ਆਪਣੇ ਸੁਖਪ੍ਰੀਤ ਸਿੰਘ ਪੁਰੇਵਾਲ ਅਤੇ ਲਕਸ਼ਦੀਪ ਸਿੰਘ, ਯਾਨੀ ਕਿ ਮੇਰਾ ਰੂਮਮੇਟ। ਅਤੇ ਕਰਦੇ ਹਾਂ ਸ਼ੇਅਰ ਤੁਹਾਡੇ ਨਾਲ ਸਾਰਾ, ਦੱਸਿਓ ਕਿੱਦਾਂ ਦਾ ਲੱਗਿਆ। ਉਹ ਵੱਡੀ ਸ਼ਿਪ ਜੀ ਚੱਲਦੀ ਪਈ ਆ, ਉਹ ਤਾਂ ਨਹੀਂ ਚਲੋ ਦਿਖਾਈ ਜਾਣੀ ਇੰਨੀ ਲਾਗੇ ਜਾ ਕੇ, ਪਰ ਥੋੜ੍ਹਾ ਬਹੁਤਾ ਸ਼ੇਅਰ ਕਰਾਂਗੇ ਆਪਾਂ ਤੁਹਾਡੇ ਨਾਲ, ਬਣੇ ਰਹੋ। ਵਿਊ ਮਿੱਤਰੋ ਘੈਂਟ ਆ ਪੂਰਾ, ਸਾਰਾ ਕੁਝ ਕਿੰਨਾ ਮੇਨਟੇਨਡ ਜਿਹਾ ਕਰਕੇ ਰੱਖਿਆ ਹੋਇਆ। ਉਹ ਅੱਗੇ ਤੱਕ ਆ, ਸਾਰਾ ਦਿਖਾਉਂਦੇ ਆ ਤੁਹਾਨੂੰ, ਸਾਰਾ ਵੇਖਿਓ ਅਤੇ ਸਾਰਾ ਦੱਸਿਓ ਵੀ ਕਿੱਦਾਂ ਦਾ ਆ। ਬੰਦੇ ਆਪਣੇ ਗਏ ਗੱਡੀ ਪਾਰਕ ਕਰਨ, ਅਤੇ ਆਉਂਦੇ ਆ ਅਤੇ ਫਿਰ ਕਰਦੇ ਹਾਂ ਸ਼ੇਅਰ ਤੁਹਾਡੇ ਨਾਲ ਸਾਰੇ। ਮੇਰਾ ਕਾਰਗੋ ਕਿੱਦਾਂ ਦਾ ਲੱਗਾ ਦੱਸਿਓ। ਅਤੇ ਸਾਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਅਤੇ ਇੱਥੋਂ ਟਾਈਮ ਤੋਂ ਚਾਹ ਚੱਕ ਲਈਏ। ਬੁੱਲ ਸੁੱਕੇ ਜੇ ਆ ਮੇਰੇ, ਪਾਣੀ ਨਹੀਂ ਮੈਂ ਪੀ ਗਿਆ, ਮੈਂ ਕਿਹਾ ਚਲੋ ਆਪਾਂ ਚਾਹ ਪੀ ਲੈਂਦੇ ਹਾਂ। ਆਇਆ ਮਿੱਤਰੋ ਬਰਲਿੰਗਟਨ, ਬਰੈਂਪਟਨ ਤੋਂ ਕਰੀਬ ਕਰੀਬ 50 ਮਿੰਟ ਦੀ ਡਰਾਈਵ ਆ। ਡਾਊਨ ਟਾਊਨ ਬਰਲਿੰਗਟਨ ਵਾਟਰ ਫਰੰਟ, ਓਕੇ। ਗੋਰੇ ਨਾਲ ਕੀਤੀ ਅਸੀਂ ਗੱਲਬਾਤ ਅਤੇ ਅਸੀਂ ਚੱਲੇ ਗਲਤ ਸਾਈਡ ਨੂੰ, ਨੈੱਟ ਹੈ ਨਹੀਂ ਮੇਰੇ ਫੋਨ 'ਚ, ਮੁੱਕ ਗਿਆ ਅਤੇ ਟਿਮ ਮੈਨੂੰ ਲੱਭਿਆ ਨਹੀਂ ਜਾਣਾ ਇੱਦਾਂ। ਉਹਨੂੰ ਹੁਣੇ ਪੁੱਛ ਕੇ ਆਇਆ ਮੈਂ ਅਤੇ ਉਹ ਕਹਿੰਦਾ ਨਹੀਂ, ਯੂ ਆਰ ਗੋਇੰਗ ਦਾ ਰੋਂਗ ਵੇ ਬੜੀ, ਤੁਸੀਂ ਗਲਤ ਰਸਤੇ 'ਤੇ ਜਾ ਰਹੇ ਹੋ। ਸੋ ਮੈਂ ਬਿਲਕੁਲ ਓਪੋਜ਼ਿਟ ਆਉਣ ਡਿਆ ਹੁਣ ਪਿੱਛੇ ਨੂੰ, ਅਤੇ ਇੱਥੋਂ ਚੱਕਦੇ ਹਾਂ ਚਾਹ ਵਾਲੇ ਆਪਣੇ ਬੰਦੇ ਵੀ ਇੱਧਰ ਨੂੰ ਹੀ ਆ, ਗੱਡੀ ਲਾਉਂਦੇ ਲਾਉਂਦੇ ਆ, ਉਹ ਅੱਗੇ ਚੱਲ ਗਏ ਆ ਉਹ ਵਾਲੇ ਪੁੱਲ ਤੱਕ, ਅਤੇ ਨਾਲੇ ਉਹਨਾਂ ਲਾਗੇ ਚੱਲ ਜਾਂਗੇ, ਨਾਲੇ ਚਾਹ ਚੁੱਕਦੇ ਹਾਂ ਅਤੇ ਕਰਦੇ ਹਾਂ ਗੱਲਾਂ ਬਾਤਾਂ ਅਤੇ ਵਲੋਗ ਦੱਸਿਓ ਕਿੱਦਾਂ ਦਾ ਲੱਗਾ। ਆਪਾਂ ਆ ਗਏ ਹਾਂ ਸਰਕਲ ਕੇ 'ਤੇ, ਨਾਲ ਹੀ ਟਿਮ ਆ, ਇੱਥੋਂ ਚੱਕਦੇ ਹਾਂ ਚਾਹ ਅਤੇ ਫਿਰ ਉਹ ਉੱਧਰ ਚੱਲਦੇ ਹਾਂ। 5 ਮਿੰਟ ਦੀ ਵੋਕ ਆ ਬਸ, ਉਹ ਬੈਠੇ ਬੰਦੇ ਆਪਣੇ, ਅਸੀਂ ਚਾਹ ਲੈ ਕੇ ਚੱਲੇ ਹਾਂ ਆ ਸਾਹਮਣੇ ਵੀ ਲੇਕ, ਜੋ ਵੀ ਲੇਕ ਅੰਟਾਰੀਓ। ਇੱਥੇ ਵਾਕਿਆ ਪਿਆਰ ਰਹਿੰਦਾ ਹੁੰਦਾ ਹੈ। ਚੜੀ
ਕਿਹਦੇ ਵਾਲਾ ਵਾਈਟ ਹੈ ਨਾ ਨਿਆਣੇ ਖੇਡਣ ਡੇ ਇੱਥੇ ਉਹ ਸਾਹਮਣੇ ਉਹ ਲੈਣ ਆਏ ਆ ਕੀ ਇਹਨੂੰ ਆਉਂਦੇ ਆ ਵਿਆਜ ਕੱਟਾ ਕਿੱਥੇ ਲੱਗੀ ਗੱਡੀ ਕਿੱਥੇ ਲੱਗੀ ਗੱਡੀ ਆ ਅਸੀਂ ਬਜੇ ਦੂਰ ਤੇ ਜਾਣਾ ਹੀ ਨੀਗਾ ਕਿਤੇ ਕਿੱਥੇ ਗੱਡੀ ਲੈ ਕੇ ਜਾਣਾ ਯਾਰ ਪਰ ਅਸੀਂ ਅਜੇ ਘਰੇ ਨੀ ਭਰਾ ਮੇਰਾ ਜਾਣਾ ਅਜੇ ਘਰੇ ਨੀ ਜਾਣਾ ਜੀ ਨੀ ਕਰਨ ਡਿਆ ਕਿਤੇ ਹੋਰ ਚੱਲੇ ਆ ਕਿੱਥੇ ਚੱਲੇ ਆ ਭਾਜੀ ਜਿੱਥੇ ਸਾਨੂੰ ਕੋਈ ਨਾ ਵੇਖੇ ਜਿੱਥੇ ਮੈਂ ਮੇਰੀ ਤਨਖਾਈ ਬਸ ਜਿੱਥੇ ਸੁੱਕੇ ਨੂੰ ਕੋਈ ਨਾ ਵੇਖੇ ਜਿੱਥੇ ਸੁੱਕੇ ਵੀਰ ਨੂੰ ਕੋਈ ਨਾ ਵੇਖੇ ਲਈ ਤੇਰਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਫਿਰ ਜਦੋਂ ਬਾਥਰੂਮ ਤੋਂ ਬਾਹਰ ਆਉਣ ਡਿਆ ਮੈਂ ਕਿੱਧਰ ਜਾਣਾ ਇੰਨਾ ਤਾਂ ਪਤਾ ਕਰ ਲਓ ਜਗ੍ਹਾ ਤੇ ਵੇਖ ਲਓ ਜਗ੍ਹਾ ਤੇ ਵੇਖੋ ਪਹਿਲਾਂ ਜਾਣਾ ਕਿੱਥੇ ਅਸੀਂ ਫੇਰੀ ਗੱਡੀ ਪਾਉਣ ਦਾ ਫਾਇਦਾ ਕਿਤੇ ਓਕਵਿਲ ਚੱਲੀਏ ਓਕਵਿਲ ਡਾਊਨ ਟਾਊਨ ਨਹੀਂ ਲੇਕ ਤੇ ਚਲੋ ਪਰ ਉੱਥੇ ਵੀ ਬੜੀ ਦੁਨੀਆ ਹੋਣੀ ਆ ਨਹੀਂ 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 ਉੱਥੇ ਘੱਟ ਹੁੰਦੀ ਤਾਂ ਸ਼ਹਿਰ ਹੀ ਬੜਾ ਛੋਟਾ ਵਾ ਸਾਡੇ ਪਿੰਡ ਜਿੱਡਾ ਸ਼ਹਿਰ ਆ ਸਾਰਾ 160 ਵੋਟ ਆ ਉੱਥੇ ਦੀ ਆਈ ਵੁੱਡ ਸੇ ਲੈਟਸ ਗੋ ਬੈਕ ਟੂ ਹੋਮ ਲੈਟ ਮੀ ਚੇਂਜ ਦੈਨ ਵਿਲ ਪੁਸ਼ ਅਪ ਸਮਵੇਅਰ ਐਲਸ ਬਾਹਰ ਬ੍ਰੈਂਪਟਨ ਫਿਰ ਕਿੱਥੇ ਘੁੰਮਾਂਗੇ ਬ੍ਰੈਂਪਟਨ ਨਹੀਂ ਬ੍ਰੈਂਪਟਨ ਤੋਂ ਬਾਹਰ ਬਾਲਿੰਗ ਬੁਲਿੰਗ 'ਚ ਚੱਲਦੇ ਆ ਚੱਲੀਏ ਅੱਜ ਚਲੋ ਠੀਕ ਆ ਚਲੋ ਠੀਕ ਹੈ ਚੱਲਣ ਦਿਓ ਫਿਰ ਬ੍ਰੈਂਪਟਨ ਹੀ ਚੱਲੋ ਐਡਰੈਸ ਪਾਈ ਇੱਥੇ ਬਸ ਤੂੰ ਪਾ ਦੇ ਅਲਕਸ਼ ਓਕੇ ਓਕੇ ਦਾੜੀ ਮੇਰੀ ਠੀਕ ਲੱਗਦੀ ਭਾਜੀ ਕੌਣ ਹੈ ਸਾਹਮਣੇ ਕੁੱਤਾ ਕਿੱਡਾ ਸਮਾਇਆ ਇੱਧਰ ਨਹੀਂ ਹਾਂ ਵੇਖ ਲਿਆ ਮੈਂ ਇੱਧਰ ਨਹੀਂ ਪਰ ਉਹ ਅੱਗੇ ਚੱਲ ਕਿੱਥੇ ਕਰ ਦਾ ਪਾਲਾ ਹੁਣ ਯਾਰ ਧੁੱਪ ਦੇ ਨਿਸ਼ਾਨ ਪੈਣ ਦੇ ਕਿ ਵੈਸੇ ਤਿੱਖੇ ਤਿੱਖੇ ਜੇ ਵਾਲ ਆ ਚਲ ਠੀਕ ਕਰ ਦਾ ਪਾਤਾ ਜੀ ਗਾਣਾ ਗੁਣਾ ਲਾਓ ਕੋਈ
ਬਰਲਿੰਗਟਨ ਅਸੀਂ ਮੂਵ ਬੜਾ ਕਰਦੇ ਰਹੇ ਹਾਂ, ਬੜੀ ਮੂਵਿੰਗ ਕੀਤੀ ਇੱਧਰ ਵਾਲੇ ਏਰੀਏ 'ਚ, ਬਰਲਿੰਗਟਨ, ਨਾਇਗਰਾ, ਹੈਮਿਲਟਨ, ਅਸੀਂ ਜਿੰਨੇ ਏਰੀਆ 'ਚ ਮੂਵਿੰਗ ਕੀਤੀ ਹੈ ਨਾ ਭਾਅ ਜੀ, ਸਭ ਤੋਂ ਏਰੀਆ ਵਧੀਆ ਤਾਂ ਕਿਹੜਾ ਸੀ ਜਿੱਥੇ ਮੂਵ ਕਰਨਾ ਮਜ਼ਾ ਆਇਆ? ਨਹੀਂ, ਕੁਆਰਥਾ ਲੇਕਸ, ਇੱਧਰ ਨੂੰ ਭੈਣ, ਓ ਸੋਰੀ, ਇੱਧਰ ਨੂੰ ਆਪਣਾ ਓਟਵਾ 'ਚ ਰਾਹ ਜੇ ਜੀ, ਮਜ਼ਾ ਆ ਗਿਆ, ਬਹੁਤ ਹੀ ਵਧੀਆ ਜਗ੍ਹਾ, ਇੰਨੀਆਂ ਲੇਕਾਂ ਲੈਕਸ ਛੋਟੀਆਂ ਛੋਟੀਆਂ, ਇੰਨੇ ਝਰਨੇ, ਬਹੁਤੀਆਂ ਵਧੀਆ ਅਤੇ ਆਪਾਂ ਆ ਗਏ ਹਾਂ ਬਰੈਂਪਟਨ, ਯਾਨੀ ਕਿ ਵਾਪਸ, ਅਤੇ ਹੁਣ ਕੁਝ ਹੈ ਨਹੀਂ ਅਜੇ ਪਲੈਨ, ਸੋ ਇੰਨਾ ਹੀ ਵਲੋਗ ਛੋਟਾ ਜਿਹਾ ਤੁਹਾਡੇ ਲਈ, ਅਤੇ ਦੇਖੋ ਸਾਰੇ ਜਾਣੇ ਅਤੇ ਇੰਜੋਏ ਕਰੋ। ਹਾਂਜੀ ਬਈ, ਕਰੀਬ ਕਰੀਬ ਡੇਢ ਸਾਲ ਬਾਅਦ ਵੀਰ ਹੁਣੀ ਉਹਦੇ ਵੀਰ ਹੁਣੀ ਲੋਹੜੀ ਲੈ ਕੇ ਚੱਲੇ ਆ ਮਿਸੀ ਸਾਗਾ ਮਹੀਨਾ ਕਹਿੰਦੇ ਏਦਾਂ ਆਉਣ ਜਾਣ ਕਰਨਾ ਫਿਰ ਤੇ ਪੱਕੇ ਚੱਲ ਜਾਣਾ ਵਾ ਭੈਣਾ ਬਣੀ ਨਹੀਂ ਵਧੀਆ ਚੱਲ ਰਹਿ ਦੇ।